ਟਿਵਾਣਾ ਰੇਡੀ ਦੇ ਸਤਿਕਾਰ ਸਰੋਤਿਓ, ਤੁਹਾਡੀ ਕਾਲ ਹੁਣ ਥੋੜ੍ਹੀ ਦੇਰ ਨਹੀਂ ਲਵਾਂਗੇ। ਇਸ ਵਕਤ ਆਪਣੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂ ਸਾਹਿਬ ਬਲਕਾਰ ਸਿੰਘ ਸੋਤਾ ਸਾਹਿਬ ਫਰੀਦਕੋਟ ਤੋਂ। ਇਸ ਬੋਰਡ ਇਸ ਯੂਨੀਅਨ 'ਚ ਜਿਹੜੇ ਮੁਲਾਜ਼ਮ ਨੇ ਉਹ ਵੱਖ ਵੱਖ ਵਿੰਗ ਦੇ ਵਿੱਚ ਕੰਮ ਕਰਦੇ ਨੇ, ਜਿਸ ਤਰ੍ਹਾਂ ਪੰਜਾਬ ਮੰਡੀ ਬੋਰਡ ਹੈ, ਸਿਵਲ ਬਿਜਲੀ ਅਤੇ ਜਨ ਸਿਹਤ ਵਿਭਾਗ ਹੈ, ਅਤੇ ਉਹ ਇਹਨਾਂ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਨੇ। ਅਤੇ ਜਿਸ ਤਰ੍ਹਾਂ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਗੱਲ ਕੋਈ ਤਣ ਪੱਤਣ ਨਹੀਂ ਲੱਗ ਰਹੀ, ਕਿੰਨੇ ਇਹ ਮੁਲਾਜ਼ਮ ਨੇ, ਕਈ ਜਗ੍ਹਾ ਇਹਨਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਅਤੇ ਕਈ ਜਗ੍ਹਾ ਲਾਠੀਚਾਰਜ ਵੀ ਹੁੰਦਾ ਹੈ। ਅਤੇ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਬਲਕਾਰ ਸਿੰਘ ਸੋਤਾ ਸਾਹਿਬ ਤੋਂ ਪੁੱਛਦੇ ਹਾਂ। ਸੋਤਾ ਸਾਹਿਬ ਸਤਿ ਸ਼੍ਰੀ ਅਕਾਲ। ਬਲਕਾਰ ਸਿੰਘ ਸੋਤਾ ਸਾਹਿਬ, ਇਹ ਜਿਹੜੀ ਤੁਹਾਡੀ ਮੁਲਾਜ਼ਮ ਯੂਨੀਅਨ ਹੈ, ਠੇਕਾ ਮੁਲਾਜ਼ਮ ਯੂਨੀਅਨ, ਇਹ ਕੀ ਹੈ, ਕਿਹੜੇ ਵਿਭਾਗਾਂ ਦੀ ਹੈ, ਕਿੱਥੋਂ ਤੁਸੀਂ ਰਹਿਣ ਵਾਲੇ ਹੋ? ਪਹਿਲਾਂ ਆਪਣੀ ਜਾਣ ਪਹਿਚਾਣ ਤੋਂ ਹੀ ਸੋਤਾ ਸਾਹਿਬ ਸ਼ੁਰੂ ਕਰ ਲਈਏ ਜੀ। ਹਾਂਜੀ ਸਰ, ਹਾਂਜੀ ਸਰ, ਸਭ ਤੋਂ ਪਹਿਲਾਂ ਸਰ ਧੰਨਵਾਦ ਕਰਦਾ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਚਲੋ ਬੋਲਣ ਦਾ ਮੌਕਾ ਮਿਲਿਆ ਜੀ। ਮਿਹਰਬਾਨੀ ਤੁਹਾਡਾ ਆਪਣਾ ਹੈ ਜੀ। ਹਾਂਜੀ, ਮੈਂ ਬਲਕਾਰ ਸਿੰਘ ਫਰੀਦਕੋਟ ਤੋਂ ਆ ਜੀ। ਬਲਕਾਰ ਸਿੰਘ ਸੋਤਾ, ਅਸੀਂ ਜਿਹੜਾ ਪੰਜਾਬ ਮੰਡੀ ਬੋਰਡ ਠੇਕਾ ਮੁਲਾਜ਼ਮ ਯੂਨੀਅਨ ਦਾ ਮੈਂ ਸੂਬਾ ਪ੍ਰਧਾਨ ਹੈ ਜੀ। ਜੀ, ਤੇ ਡੀ ਕਲਾਸ 4 ਗਵਰਨਮੈਂਟ ਐਮਪਲਾਈ ਯੂਨੀਅਨ ਜਿਹੜੀ ਕਲਾਸ 4 ਦੀ, ਉਹਦਾ ਮੈਂ ਜਨਰਲ ਸਕੱਤਰ ਜ਼ਿਲ੍ਹਾ ਫਰੀਦਕੋਟ ਤੋਂ ਜੀ। ਅੱਛਾ ਜੀ। ਹਾਂਜੀ ਸਰ, ਸਮੱਸਿਆਵਾਂ ਇਹ ਆ, ਮੈਂ ਤੁਹਾਨੂੰ ਦੱਸਦਾ ਵੀ ਲਗਭਗ 20-25 ਸਾਲ ਹੋ ਗਏ ਜਿਹੜੇ ਮੰਡੀ ਬੋਰਡ, ਇਹਦੇ ਵਿੱਚ ਤਿੰਨ ਵਿਭਾਗ ਹੁੰਦੇ ਨੇ, ਜਨ ਸਿਹਤ, ਸਿਵਲ ਵਿੰਗ ਤੇ ਬਿਜਲੀ ਵਿੰਗ ਜੀ। ਇਹਨਾਂ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੇ ਆ ਕੱਚੇ ਮੁਲਾਜ਼ਮ ਕੰਮ ਕਰ ਰਹੇ ਆ ਜੀ। ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਡੀਸੀ ਰੇਟਾਂ ਤੋਂ ਅੱਜ ਵੀ ਘੱਟ ਦਿੱਤੀਆਂ ਜਾਂਦੀਆਂ ਵਾ। ਡੀਸੀ ਰੇਟ ਕਿੰਨਾ ਪੰਜਾਬ ਦੇ ਵਿੱਚ ਤੇ ਤੁਹਾਨੂੰ ਕਿੰਨੀ ਦਿੰਦੇ ਆ ਜੀ? ਹਾਂਜੀ, ਡੀਸੀ ਰੇਟ ਸਰ ਜਿਵੇਂ ਅੱਜ ਦਾ ਆਪਾਂ ਰੇਟ ਲਾ ਲਈਏ, ਅੱਜ ਜਿਹੜਾ ਰੇਟ ਅਨਸਕਿਲ ਦੀ ਤਨਖਾਹ ਹੈਗੀ ਆ 10,736 ਰੁਪਈਏ ਜੀ। ਇਹ ਹੈਗੀ ਅਨਸਿਖਤ, ਜਿਹੜਾ ਅਨਸਕਿਲਡ ਹੋ ਗਿਆ ਜੀ, ਅਨਸਿੱਖਿਅਤ, ਅਨਸਿੱਖਤ, ਜਿਹੜਾ ਅਰਧ ਸਿੱਖਤ ਹੈ ਜੀ, ਉਹਦੀ ਤਨਖਾਹ ਹੈਗੀ ਆ 11,563 ਰੁਪਈਏ ਜੀ। ਤੇ ਜਿਹੜਾ ਹੋ ਗਿਆ ਸਿੱਖਤ, ਤੀਜੀ ਕੈਟਾਗਰੀ ਚ ਆ ਗਿਆ ਜੀ, ਉਹਦੀ ਹੈਗੀ ਆ ਸਰ 12,413 ਰੁਪਈਏ 75 ਪੈਸੇ। ਅੱਛਾ ਜੀ। ਤੇ ਇਹਨਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀਆਂ ਤਨਖਾਹਾਂ ਵਾ ਅੱਜ ਵੀ ਕੱਚੇ ਮੁਲਾਜ਼ਮਾਂ ਨੂੰ, ਜਿਵੇਂ ਅਨਸਿੱਖਤ ਦੀ ਗੱਲ ਕਰ ਲਈਏ, ਉਹਨੂੰ 7-7,500 ਰੁਪਈਆ ਦਿੱਤਾ ਜਾਂਦਾ ਜੀ। ਉਹਦਾ 12% ਈਪੀਐਫ ਵੀ ਕੱਟਾ ਹੁੰਦਾ, ਈਪੀਐਫ ਮੁਲਾਜ਼ਮ ਵੱਲੋਂ ਤੇ ਕੱਟਿਆ ਜਾਂਦਾ ਜੀ, ਲੇਕਿਨ ਉਹ ਕਿਹੜੇ ਖਾਤੇ ਚ ਪੈਂਦਾ, ਠੇਕੇਦਾਰ ਦੇ ਖਾਤੇ ਚ ਪੈਂਦਾ ਜਾਂ ਕਿਸੇ ਅਫਸਰ ਦੇ ਖਾਤੇ ਚ ਪੈਂਦਾ, ਉਹ ਸਾਨੂੰ ਪਤਾ ਨੀ, ਕਿਉਂਕਿ ਉਹਦਾ ਬੈਨੀਫਿਟ ਕੱਚੇ ਮੁਲਾਜ਼ਮ ਨੂੰ ਨਹੀਂ ਮਿਲਦਾ ਜੀ। ਇਸੇ ਤਰ੍ਹਾਂ ਦੂਜੀਆਂ ਜਿਹੜੀਆਂ ਦੋ ਕੈਟਾਗਰੀਆਂ ਮੈਂ ਦੱਸੀਆਂ, ਇਹਦੇ ਵਿੱਚ ਸਾਡੇ ਸਾਥੀ ਮਾਲੀ ਕੰਮ ਚੌਂਕੀਦਾਰ ਸੀਵਰਮੈਨ ਹੈ ਤੇ ਪਲੱਸ ਬਿਜਲੀ ਵਾਲੇ ਕੰਮ ਆ ਜਿਹੜੇ ਮੰਡੀਆਂ ਦੇ ਵਿੱਚ ਜਿਵੇਂ ਸੀਜ਼ਨ ਚੱਲਣਾ ਜੀ, ਉਹਨਾਂ ਦੇ ਵਿੱਚ 24 ਘੰਟੇ ਡਿਊਟੀ ਹੁੰਦੀ ਆ ਲੈਟ ਦੀ, ਤੇ ਤਨਖਾਹਾਂ ਬਹੁਤ ਘੱਟ ਹੈ ਜੀ। ਇੱਥੋਂ ਤੱਕ 2-3 ਮਹੀਨੇ ਜਿਹੜੀਆਂ ਤਨਖਾਹਾਂ ਦਿੱਤੀਆਂ ਨੀ ਜਾਂਦੀਆਂ ਕੱਚੇ ਮੁਲਾਜ਼ਮ ਨੂੰ। ਅੱਛਾ ਜੀ। ਹਾਂਜੀ, ਇਹ ਪਹਿਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਚੱਲਿਆ ਆਉਂਦਾ। ਕਿੰਨੇ ਵਰਕਰ ਨੇ ਤੁਹਾਡੇ ਵੱਖ ਵੱਖ ਮਹਿਕਮਿਆਂ ਚ ਜਿਹੜੇ ਬਹੁਤਾ ਰਿਟਾਇਰ ਵੀ ਹੋ ਗਏ ਹੋਣੇ ਜਾਂ ਛੱਡ ਗਏ ਹੋਣੇ ਆ? ਰਿਟਾਇਰ ਤੇ ਹੋ ਗਏ ਜੀ, ਜਿਵੇਂ ਉਮਰਾਂ ਦਰਾਜ ਹੋ ਜਾਂਦੀ, 60 ਤੋਂ ਉੱਪਰ ਹੋ ਗਿਆ ਸਾਲ ਤੋਂ ਐਟੋਮੈਟਿਕ ਨੌਕਰੀ ਛੱਡਣੀ ਪੈ ਜਾਂਦੀ ਹੈ ਜੀ। ਸਾਡੇ ਸਾਥੀ ਕਈ ਹੋਏ ਵੀ ਹੈ ਜੀ।
ਅੱਛਾ, ਕਿੰਨੇ ਵਰਕਰ ਨੇ? ਜੇ ਕੋਈ ਕੈਜੂਅਲਟੀ ਹੋ ਜੇ, ਕਿਸੇ ਦਾ ਕੋਈ ਅੰਗ ਪੈਰ ਨੁਕਸਾਨਿਆ ਜਾਵੇ, ਜਾਨ ਜਾਵੇ, ਕੋਈ ਬੈਨੀਫਿਟ ਮਿਲਦੇ ਆ ਤੁਹਾਨੂੰ ਫਿਰ? ਨਹੀਂ ਸਰ, ਬਿਲਕੁਲ ਨਹੀਂ ਮਿਲਦੇ, ਬਿਲਕੁਲ ਨਹੀਂ ਮਿਲਦੇ। ਬਹੁਤ ਸਾਰਾ ਕੁਐਸਚਨ ਪੁੱਛਿਆ ਵਾ ਇਹਦੇ ਵਿੱਚ। ਸਰ ਮੈਂ ਤੁਹਾਡੇ ਧਿਆਨ 'ਚ ਇਹ ਲਿਆਉਣਾ ਚਾਹੁੰਦਾ ਵੀ ਸਾਡੇ ਸਾਥੀ ਜਿਹੜਾ ਫਰੀਦਕੋਟ ਦੇ ਸੀਵਰਮੈਨ ਸਾਥੀ ਸੀ ਜੀ, ਆਹ 2022 ਦੀ ਗੱਲ ਆ। ਸਾਡੇ ਨਾਲ ਹੀ ਸਾਡੇ ਨਾਲ ਸਾਡਾ ਵਰਕਰ ਸੀ, ਸੀਵਰਮੈਨ ਸੀਗਾ, ਉਹ ਜਿਹੜਾ 2-3 ਮਹੀਨੇ ਬਿਮਾਰ ਰਿਹਾ, ਉਹਦੀ ਡੈਥ ਹੋ ਗਈ। ਫਿਰੋਜ਼ਪੁਰ ਤੋਂ ਸੀਗਾ, ਡਿਊਟੀ ਉਹਦੀ ਫਰੀਦਕੋਟ ਸੀ। ਸਿੱਪੀ ਉਹਦਾ ਨਾਂ ਸੀ ਜੀ, ਪਿਤਾ ਦਾ ਨਾਂ ਉਹਦਾ ਬਾਗਰਾਮ ਸੀਗਾ ਜੀ। ਉਹ ਸਾਥੀ ਮਰ ਗਿਆ, ਇੱਕ ਸਾਥੀ ਮਰ ਗਿਆ ਜੈਤੋਂ ਮੰਡੀ, ਇਹ ਵੀ ਫਰੀਦਕੋਟ 'ਚ ਪੈਂਦੀ ਹੈ ਜੀ। ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਨਾ ਤੇ ਵਿਭਾਗ ਨੇ ਦਿੱਤਾ ਜੀ, ਨਾ ਹੀ ਸਰਕਾਰਾਂ ਨੇ ਦਿੱਤਾ, ਤੇ ਨਾ ਹੀ ਜਿਹੜੇ ਠੇਕੇਦਾਰ ਦੇ ਥਰੂ ਅਸੀਂ ਕੰਮ ਕਰਦੇ ਨਾ ਉਹਨੇ ਦਿੱਤਾ ਜੀ। ਜੀ ਇਹ ਬੜੀ ਮੰਦਭਾਗੀ ਘਟਨਾ ਵਾ। ਇੱਕ ਕੱਚਾ ਮੁਲਾਜ਼ਮ ਜਿਹਨੇ 20-25 ਸਾਲ ਕੰਮ ਕੀਤਾ, ਉਹਦੀ ਡੈਥ ਹੋ ਜਾਣੀ ਬਿਮਾਰੀ ਕਾਰਨ, ਕਿਉਂਕਿ ਜਿਹੜੇ ਸੀਵਰ ਦੇ ਕੰਮ ਕਰਦੇ ਬਿਮਾਰੀਆਂ ਦੇ ਸੁਭਾਵਿਕ ਹੀ ਲੱਗਣਗੀਆਂ। ਕਿੰਨੇ ਕੁ ਤੁਹਾਡੇ ਨਾਲ ਵਰਕਰ ਨੇ ਜਾਂ ਕਿੰਨੇ ਤੁਸੀਂ ਲੋਕ ਹੋ? ਇਹ ਤਿੰਨ ਵਿਭਾਗ ਤੁਹਾਡਾ, ਪੰਜਾਬ ਮੰਡੀ ਬੋਰਡ, ਸਿਵਲ ਤੇ ਬਿਜਲੀ ਤੇ ਜਨ ਸਿਹਤ, ਤੇ ਕਿੰਨੇ ਵਿਭਾਗ ਚ ਕਿੰਨੇ ਮੁਲਾਜ਼ਮ ਹੋਣਗੇ ਪੰਜਾਬ ਚ? ਇਸ ਤਰ੍ਹਾਂ ਕੀ ਸਰਕਾਰ ਨੇ, ਮੌਜੂਦਾ ਸਰਕਾਰ ਨੇ ਤੁਹਾਡੇ ਨਾਲ ਕੋਈ ਵਾਅਦਾ ਕੀਤਾ ਸੀ ਜਾਂ ਕੋਈ ਕੋਰਟ ਦਾ ਰੁੱਖ ਤੁਸੀਂ ਕਦੇ ਅਖਤਿਆਰ ਕੀਤਾ? ਨਹੀਂ ਸਰ, ਵੇਖੋ ਕੋਰਟ ਦਾ ਰੁੱਖ ਨਹੀਂ ਅਸੀਂ ਅਖਤਿਆਰ ਕੀਤਾ, ਕਿਉਂਕਿ ਉਹਦੇ ਵਿੱਚ ਸਾਰੇ ਨਾ ਇਹ ਗਲਤ ਵਿਭਾਗ ਨਾਲ, ਗਲਤ ਕੈਟਾਗਰੀਆਂ ਨਾਲ ਜੁੜੇ ਹੋਏ ਜੀ। ਗਰੀਬ ਘਰਾਂ ਨਾਲ ਸੰਬੰਧਿਤ ਆ, ਤਨਖਾਹਾਂ ਘੱਟ ਆ, ਇੰਨੇ ਯੋਗੇ ਨੀ ਵਿਚਾਰੇ, ਇਹਦੇ ਆਪਦੀ ਗੱਲ ਕਹਿਣ ਤੋਂ ਵੀ ਡਰਦੇ ਆ ਜੀ। ਇਹ ਮੌਜੂਦਾ ਸਰਕਾਰ ਦਾ ਦਲਿਤ ਭਾਈਚਾਰੇ ਦਾ ਬੜਾ ਕੁਛ ਲੈ ਕੇ ਆਈ ਸੀ, ਤੇ ਇਹਨਾਂ ਨੇ ਫਿਰ ਕੋਈ ਹੱਲ ਕਰਾਇਆ? ਕੋਈ ਜੌਬਾਂ ਮਿਲੀਆਂ? ਕਿੰਨੇ ਮੁਲਾਜ਼ਮ ਆ ਤੁਹਾਡੇ ਟੋਟਲ ਇਸ ਤਰ੍ਹਾਂ ਦੇ? ਸਰ ਲਗਭਗ ਸਾਡਾ 250 ਮੁਲਾਜ਼ਮ ਆ। ਉਹ ਅਸੀਂ, ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ ਲੈਟਰ ਵੀ ਆ ਜੀ, ਲੈਟਰ ਲੈ ਕੇ ਬੈਠਾ ਮੈਂ। ਅਸੀਂ 21 ਜੂਨ 2023 ਨੂੰ ਹੈਡ ਆਫ ਪੰਜਾਬ ਮੰਡੀ ਬੋਰਡ ਹੈਡ ਆਫ ਚੰਡੀਗੜ੍ਹ ਲਾਇਆ ਸੀ ਧਰਨਾ ਜੀ। ਉਹ 28 ਤਰੀਕ 6 ਨੂੰ, ਜਿਹੜਾ 28 ਤਰੀਕ 6ਵੇਂ ਮਹੀਨੇ ਦੀ, ਸਾਨੂੰ ਨਾ ਮੀਟਿੰਗ ਮਿਲ ਗਈ ਉੱਥੇ ਮੌਜੂਦਾ ਜਿਹੜੇ ਆਪਣੇ ਸਾਡੇ ਮਾਣਯੋਗ ਚੇਅਰਮੈਨ ਸਾਹਿਬ ਨੇ ਹਰਚੰਦ ਸਿੰਘ ਬ੍ਰਿਸ਼ਟ ਜੀ, ਬਰਸਟ, ਹਾਂਜੀ ਹਾਂਜੀ, ਉਹਨਾਂ ਨਾਲ ਸਾਡੀ ਮੀਟਿੰਗ ਹੋਈ। ਚਲੋ ਮੀਟਿੰਗ ਸਾਡੀ ਸਫਲ ਰਹੀ, ਉਹਨਾਂ ਨੂੰ ਦੱਸਿਆ ਵੀ ਸਾਡਾ ਲਗਭਗ 250 ਕਰਮਚਾਰੀ ਹੈ ਜੀ, ਸਾਰੇ ਪਿਛਲੇ 15-20 ਸਾਲ ਤੋਂ ਕੰਮ ਕਰ ਰਹੇ, ਵੀ ਸਾਰੇ ਇਹਨਾਂ ਨੂੰ ਕਿਸੇ ਲਾਈਨ ਚ ਲਾਇਆ ਜਾਵੇ। 3-4 ਵਿਭਾਗਾਂ ਚ 250-300 ਮੁਲਾਜ਼ਮ? ਹਾਂ ਤਿੰਨ ਵਿਭਾਗਾਂ ਚ ਜੀ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਆਉਣ ਵਾਲਾ 24-25 ਆ ਰਿਹਾ ਵਾ। ਇਹ ਠੇਕੇਦਾਰੀ ਸਿਸਟਮ ਅਸੀਂ ਬੰਦ ਕਰਕੇ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਤੁਹਾਨੂੰ ਸਿੱਧਾ ਹੀ ਜਾਂ ਤੇ ਅਸੀਂ ਮਹਿਕਮੇ ਦੇ ਅਧੀਨ ਕਰਾਂਗੇ, ਜਾਂ ਫਿਰ ਤੁਹਾਨੂੰ ਇੱਕ ਕੰਪਨੀ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਤੁਹਾਡੀ ਹਾਜ਼ਰੀ ਲੱਗੂਗੀ, ਤੁਹਾਡਾ ਪ੍ਰੋਪਰ ਜਿਹੜਾ ਕਾਰਡ ਇਕੱਠਾ ਕੀਤਾ ਜਾਊਗਾ। ਤੇ ਉਹਨਾਂ ਨੇ ਸਾਨੂੰ ਸਾਡੀ ਮੰਗ ਮੰਨ ਲਈ ਜੀ, ਪ੍ਰਵਾਨਗੀ ਵੀ ਦੇ ਦਿੱਤੀ ਸਾਡੇ ਕੋਲ। ਪ੍ਰੋਸੀਡਿੰਗ ਸਰ ਮੇਰੇ ਕੋਲ ਹੈ ਜੀ, ਪ੍ਰੋਸੀਡਿੰਗ ਮੈਂ ਲੈ ਕੇ ਬੈਠਾ ਜੀ। ਹੋਰ ਕਹਿਣ ਦਾ ਭਾਵ ਇਹ ਆ ਵੀ ਹੁਣ ਜਿਹੜੇ ਅਸੀਂ ਉਹਨਾਂ ਨਾਲ ਫਿਰ ਦੁਬਾਰਾ ਰਾਬਤਾ ਕੀਤਾ, ਜਨਵਰੀ ਦੀ ਮੀਟਿੰਗ ਮੰਗ ਰਹੇ, ਉਹਨਾਂ ਕੋਲ ਮੀਟਿੰਗ ਨੀ ਸਾਨੂੰ ਦਿੱਤੀ, ਜਾ ਕੇ ਉਹਨਾਂ ਫਰਵਰੀ ਚ ਸਾਨੂੰ ਮਾਰਚ ਦੇ ਪਹਿਲੇ ਹਫ਼ਤੇ ਮੀਟਿੰਗ ਮਿਲੀ ਹੈ ਜੀ। ਹੁਣ ਉਹਨਾਂ ਨੇ ਇਸ ਗੱਲ ਤੋਂ ਵੀ ਆਲਮਟੋਲ ਕੀਤੀ ਹੈ ਜੀ ਵੀ ਜਿਹੜਾ 250 ਬੰਦਾ, ਜਿਵੇਂ ਉਹਨਾਂ ਨੇ ਕਿਹਾ ਜੀ, ਜਾਂ ਤੇ ਮਹਿਕਮਾ ਤਨਖਾਹ ਦੇਵੇ ਜਾਂ ਕੋਈ ਇੱਕ ਕੰਪਨੀ ਦੇ ਦਾਂਗੇ, ਕਿਉਂਕਿ ਸਾਡੇ ਕੋਲ ਲੋਕਲ ਠੇਕੇਦਾਰ ਬਹੁਤ ਨੇ ਜੀ। ਪਰ ਸਰ ਇਹ ਹੁਣ ਵੀ ਨਹੀਂ ਹੋਇਆ ਜੀ, ਇਸ ਗੱਲ ਦਾ ਸਾਨੂੰ ਬੜਾ ਵੱਡਾ ਦੁੱਖ ਆ। ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜਾ ਚੰਗਾ ਬਣ ਜੇ, ਸਾਡਾ ਜਿਹੜਾ ਭਵਿੱਖ ਆ ਸਾਡਾ ਧੁੰਦਲਾ, ਸਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਜੀ। ਇਹਦੇ ਵਿੱਚ ਸਾਡੀਆਂ, ਮੈਂ ਸਰ ਕਈ ਵਾਰੀ ਬੋਲਦਾ ਕਹਿੰਦਾ ਨਾ ਸਟੇਜ ਤੋਂ ਵੀ, ਵੀ ਸਾਡੀਆਂ 3-3 ਪੀੜੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ ਜੀ, ਬੇਕਾਰ ਹੋ ਗਈਆਂ। ਉਹ ਮੈਂ ਦੱਸਦਾ ਸਰ ਕਿਵੇਂ, ਜਿਵੇਂ ਸਾਡੇ ਮਾਂ ਪਿਓ ਸੀਗੇ, ਉਹਨਾਂ ਨੂੰ ਇਹ ਵੀ ਸਾਡਾ ਬੱਚਾ ਨੌਕਰੀ ਤੇ ਲੱਗ ਗਿਆ, ਕੋਈ ਸਾਡਾ ਕੋਈ ਮਤਲਬ ਮਾਂ ਪਿਓ ਨੂੰ ਹੁੰਦਾ ਵੀ ਸਾਡਾ ਬੱਚਾ ਨੌਕਰੀ ਲੱਗ ਗਿਆ, ਵੀ ਸਾਡਾ ਚਲੋ ਸੌਖੇ
ਪਰ 2 ਸਾਲ ਹੋ ਗਏ ਬਰਸਟ ਸਾਹਿਬ ਤੋਂ ਇਲਾਵਾ ਤੁਹਾਡੇ ਕਿਸੇ ਵਜ਼ੀਰ ਨੇ ਕਦੇ ਕਿਸੇ ਨੇ ਨੀ ਸੁਣੀ? ਕਿਸੇ ਨੇ ਸਰ ਸੁਣੀ, ਅਸੀਂ ਕਈ ਵਾਰੀ ਮੀਟਿੰਗਾਂ ਕੀਤੀਆਂ, ਅਣਗਿਣਤ ਅਖਬਾਰਾਂ ਚ ਲਵਾਈਆਂ ਖਬਰਾਂ, ਅਣਗਿਣਤ ਅਸੀਂ ਸਟੇਜਾਂ ਤੋਂ ਮੈਂ ਬੋਲਦਾ ਜੀ, ਮਤਲਬ ਸਾਡੀ ਕਿਸੇ ਨੇ ਸਾਰ ਨੀ ਲਈ ਸਰ। ਇਸ ਗੱਲ ਦੇ ਵਿੱਚ ਸਾਨੂੰ ਬੜਾ ਦੁੱਖ ਆ, ਸਾਨੂੰ ਪੰਜਾਬ ਸਰਕਾਰ ਤੇ ਵੀ ਬੜਾ ਹਿਰਖ ਆਉਂਦਾ ਵੀ ਅਜੇ ਉਹਨਾਂ ਨੇ ਚਾਹੀਦਾ ਵੀ। ਅੱਛਾ, ਜਿਵੇਂ ਸੁਖਵਿੰਦਰ ਸਿੰਘ ਹੋਰਾਂ ਦਾ ਕਮੈਂਟ ਆਇਆ, ਕਹਿੰਦੇ ਬਹੁਤ ਮਾੜਾ ਹਾਲ ਹੈ ਜੀ, ਸਾਡੇ ਮੰਡੀ ਬੋਰਡ ਦੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਬਹੁਤ ਹੋ ਰਿਹਾ, ਕਹਿੰਦੇ 2 ਨੰਬਰ ਦੇ ਵਿੱਚ ਆਊਟਸੋਰਸ ਤੇ ਰੱਖ ਲਏ ਨੇ। ਹਾਂਜੀ, ਹਮ, ਇਹ ਸਭ ਰੱਖੇ ਗਏ ਹੁਣੇ ਜਿਹੜੇ ਬੱਚੇ ਨਵੇਂ ਬੜੇ ਭਰਤੀ ਕੀਤੇ ਗਏ ਨੇ, ਉਦੋਂ ਵੀ ਅਸੀਂ ਬੇਨਤੀ ਕੀਤੀ ਇਹਨਾਂ ਧਿਆਨ ਚ ਲਿਆਉਂਦੀ। ਚੇਅਰਮੈਨ ਸਾਹਿਬ, ਮੈਂ ਖੁਦ ਸਕੱਤਰ ਬੋਰਡ ਜੀ ਮਿਲਿਆ ਜੀ ਉੱਥੇ, ਮੈਡਮ ਜਿਵੇਂ ਅਮਰਪਾਲ ਕੌਰ, ਤੁਹਾਡੇ ਕੋਲ ਜਿਵੇਂ ਕੋਈ ਜਥੇਬੰਦੀ ਵਾਲੇ ਵਿਰੋਧ ਕਰਦੇ ਨੇ, ਫਿਰ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ, ਕੱਢ ਵੀ ਦਿੱਤਾ ਜਾਂਦਾ ਸ਼ੋਸ਼ਣ? ਨਹੀਂ ਸਰ, ਬਿਲਕੁਲ ਸਰ, ਸਾਡੇ ਤੇ ਉਤਰਾ ਨਹੀਂ ਹੋਇਆ ਮੰਡੀ ਬੋਰਡ ਚ, ਪਰ ਇਹ ਅਕਸਰ ਹੋ ਜਾਂਦਾ ਇਸ ਤਰ੍ਹਾਂ। ਉਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਆਵਾਜ਼ ਉਠਾਉਂਦੇ ਨੇ ਵੀ ਇਹਨਾਂ ਨੂੰ ਜਦ ਬਾਹਰ ਕੱਢੋ ਜਾਂ ਇਹਨਾਂ ਨੂੰ ਭਜਾਓ ਜਾਂ ਕੋਈ ਨਾ ਕੋਈ ਤੋਹਮਤਾਂ ਲਾਈਆਂ ਜਾਂਦੀਆਂ ਜੀ। ਓਕੇ, ਪਰ ਸਰ ਵੇਖੋ ਅਸੀਂ ਕਿਹਾ ਮਾੜਾ ਨੀ ਕਹਿੰਦੇ, ਅਸੀਂ ਤੇ ਆਪਦੀ ਰੋਜੀ ਰੋਟੀ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਤਾਂ ਇਹੀ ਕਹਿੰਦੇ ਵੀ ਸਾਨੂੰ 20-20 ਸਾਲ ਸਾਡੇ ਬਰਬਾਦ ਹੋ ਗਏ। ਅਸੀਂ ਕਹਿੰਦੇ ਵੀ ਅਸੀਂ ਕਿਸੇ ਲੈਣ ਚ ਲੱਗ ਜਾਈਏ, ਕੱਲ ਨੂੰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਸਾਡਾ ਕੀ ਆ, ਕੁਛ ਨੀ ਬਣਨਾ ਜੀ। ਜਿਵੇਂ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਸਾਡੇ ਸੀਵਰਮੈਨ ਸਾਥੀ 2-3 ਮਰ ਗਏ, ਉਹਨਾਂ ਨੂੰ ਕੋਈ ਬੈਨੀਫਿਟ ਮਿਲਿਆ ਹੀ ਨੀ, ਉਹਨਾਂ ਦੇ ਪਰਿਵਾਰ ਹੋ ਗਏ। ਹਾਂ, ਸੀਵਰ ਵਾਲੇ ਤਾਂ ਬਹੁਤ ਵਿਚਾਰੇ, ਉਹ ਤਾਂ ਇੰਨਾ ਤਰਸ ਆਉਂਦਾ ਨਾ, ਦੇਖੋ ਇੰਨੀਆਂ ਠੰਡਾਂ ਚ ਸਵੇਰੇ ਸਵੇਰੇ ਉੱਠ ਕੇ ਆਉਂਦੇ ਨੇ ਨੰਗੇ ਕੱਪੜੇ, ਇੰਨਾ ਗੈਸ, ਇੰਨੇ ਮੁੰਡੇ ਮਰਦੇ ਆ ਨਾ। ਅਸਲ ਸੇਵਾ ਉਹਨਾਂ ਦੀ ਆ ਸਮਾਜ ਚ, ਜੇ ਕੋਈ ਸੇਵਾ ਹੈ। ਹਾਂਜੀ ਸਰ, ਹਾਂਜੀ, ਕਹਿਣ ਦਾ ਭਾਵ ਹੈ ਵੀ ਬੜੀ ਦੁੱਖਦਾਈ ਘਟਨਾ ਵਾ, ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਜੀ ਸਾਡਾ ਜਿਹੜਾ ਧੁੰਦਲਾ ਭਵਿੱਖ ਹੈ ਇਹਨੂੰ ਉਜਵਲ ਕੀਤਾ ਜਾਵੇ। ਸਾਡੇ 20-25 ਸਾਲ ਬਰਬਾਦ ਹੋਏ ਪਏ ਨੇ, ਸਾਡੇ ਬੱਚੇ ਵਿਆਹੁਣ ਵਾਲੇ ਨੇ, ਸਾਨੂੰ ਕਿਸੇ ਨਾਲ ਲਹਿ ਚਲਾਇਆ ਜਾਵੇ, ਕੱਲ ਨੂੰ ਕੋਈ ਪੋਲਸੀ ਬਣਦੀ ਉਸ ਪਹਿਲ ਦੇ ਆਧਾਰ ਤੇ ਅਸੀਂ ਜਾਈਏ। ਜਿਹੜੇ ਸਾਡੇ 15-15-20 ਸਾਲ ਬਰਬਾਦ ਹੋਏ ਡਿਪਾਰਟਮੈਂਟ ਚ, ਉਹ ਸਾਡੇ ਕਿਸੇ ਖਾਤੇ ਚ ਪੈ ਜਾਣ। ਜਦੋਂ ਤੁਸੀਂ ਧਰਨੇ ਪ੍ਰਦਰਸ਼ਨ ਜਾਮ ਆਦ ਕਰਦੇ ਹੋ, ਫਿਰ ਲਾਠੀ ਚਾਰਜ ਜਾਂ ਉਹ ਚੀਜ਼ਾਂ ਸਖਤੀਆਂ ਹੋ ਜਾਂਦੀਆਂ ਨੇ, ਉਹਦਾ ਕੋਈ ਅਸਰ ਹੁੰਦਾ? ਨਹੀਂ ਜੀ, ਉਹਦਾ ਅਸਰ ਵੀ ਵੇਖੋ ਕਿਤਨਾ ਕਿਤੇ ਉਹ ਮਿਲੀ ਭੁਗਤ ਹੁੰਦੀ ਸਰਕਾਰਾਂ ਦੀ, ਇੱਕ ਕੋਈ ਧਰਨਾ ਲੱਗਾ ਉਹਨੂੰ ਤਾਰੋ ਪੀਟ ਕਰ ਦੇਣਾ, ਲਾਠੀ ਚਾਰਜ ਕਰਵਾ ਦੇਣਾ ਵੀ ਉਹਨਾਂ ਨੂੰ ਤਾਰ ਤਾਰ ਕਰ ਦੇਣਾ, ਕਿਉਂਕਿ ਉਹ ਮੁੱਦਾ ਉਹ ਜਿਹਾ ਰਵੇ ਹੀ ਨਾ ਜੀ। ਪਰ ਸਰਕਾਰਾਂ ਨੂੰ ਇੰਜ ਚਾਹੀਦੀ, ਕਿੱਥੇ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਕਹਿੰਦੇ ਵੀ ਮੈਂ ਜਿਹੜਾ ਵਾ ਸਰਦਾਰ ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲਦਾ ਜੀ, ਤੇ ਸਾਨੂੰ ਤਾਂ ਲੱਗਦਾ ਨੀ ਜੀ ਚੱਲਦੇ, ਜੇ ਚੱਲਦੇ ਤੇ ਇਹਨਾਂ ਗਰੀਬ ਜਨਤਾ ਨਾਲ ਖੜਨ ਜੀ। ਗਰੀਬ ਘਰਾਂ ਦੇ ਬੱਚੇ ਆ, ਤੁਸੀਂ ਕਹਿੰਦੇ ਗਰੀਬ ਘਰਾਂ ਦੀ ਸਰਕਾਰ ਬਣੀ ਆ, ਮੈਂ ਕਹਿੰਦਾ ਇਹ ਖਾਸ ਆਦਮੀ ਦੀ ਸਰਕਾਰ ਹੈ ਜੀ। ਜਿਹੜੇ MLA ਫਿਰ ਜਿਹੜੇ MLA ਤੁਹਾਡੇ ਇਹਨਾਂ ਭਾਈਚਾਰਿਆਂ ਚੋਂ ਆਉਂਦੇ ਆ, ਤੁਹਾਡੇ ਫਰੀਦਕੋਟ ਚੋਂ ਪਹਿਲਾਂ ਡਾਕਟਰ ਪ੍ਰੋਫੈਸਰ ਸਾਧੂ ਸਿੰਘ ਰਹੇ ਨੇ ਤੇ ਉਹਨਾਂ ਦੀ ਬੇਟੀ ਹੈ, ਮਤਲਬ ਉਹ ਲੋਕ ਨਹੀਂ ਫਿਰ ਥੋੜੀ ਜ਼ਿੰਮੇਵਾਰੀ ਚੁੱਕਦੇ ਕਿ ਯਾਰ ਆਪਣੇ ਲੋਕ ਨੇ? ਨਹੀਂ ਸਰ, ਨਹੀਂ, ਬਹੁਤ ਨਹੀਂ ਚੁੱਕਦੇ ਜੀ। ਇਹ ਜਦੋਂ ਸਰ ਕੁਰਸੀ ਤੇ ਜਾ ਕੇ ਬਹਿ ਜਾਂਦੇ ਸਾਰਾ ਕੁਝ ਚੇਂਜ ਹੋ ਜਾਂਦਾ ਜੀ। ਸਾਰਾ ਕੁਝ ਬਦਲ ਜਾਂਦਾ ਜੀ, ਆਪਦੇ ਭਾਈਚਾਰੇ ਤੇ ਵੇਹਦੇ ਹੀ ਨੀ ਜੀ। ਜੇ ਸਰ ਇਹੋ ਹੀ ਇਹ ਆਪਦੇ ਭਾਈਚਾਰੇ ਵੱਲ ਵੇਖਣ ਤੇ ਸਾਡਾ ਜਿਹੜੇ ਆ ਘੱਟੋ ਘੱਟ 38 MLA ਇਹਨਾਂ ਦੇ ਵਿੱਚ ਮੌਜੂਦ ਬੈਠੇ ਨੇ ਜੀ, ਗਲਤ ਸਮਾਨ ਨਾਲ ਸੰਬੰਧ ਰੱਖਦੇ ਨੇ, ਕੋਈ ਨੀ ਸਾਡੀ ਆਵਾਜ਼ ਉਠਾਉਂਦਾ ਜੀ। ਇਹਨਾਂ ਕੱਚੇ ਕੱਚੇ ਮਾਲ
ਪੰਜਾਬ ਸਰਕਾਰ ਨੇ ਵਾਅਦਾ ਕੀਤਾ ਵੀ ਠੇਕੇਦਾਰੀ ਸਿਸਟਮ ਆਉਂਦਾ ਖਤਮ ਕਰ ਦਾਂਗੇ। ਠੇਕੇਦਾਰੀ ਸਿਸਟਮ ਖਤਮ ਹੋਇਆ ਹੀ ਨੀ ਜੀ, ਅਜੇ ਵੀ ਉਹ ਚੱਲੀ ਜਾਂਦਾ ਜੀ, ਹੋਰ ਫਿਰ ਨਵੇਂ ਸਰ ਟੈਂਡਰ ਹੋ ਗਏ ਨੇ। ਹਾਲਾਂਕਿ ਅਸੀਂ ਟੈਂਡਰਾਂ ਦਾ ਵਿਰੋਧ ਕਰਦੇ ਹਾਂ ਵੀ ਟੈਂਡਰ ਨਾ ਕਰੋ ਜੀ, ਤੁਸੀਂ ਕੰਮਾਂ ਦੇ ਟੈਂਡਰ ਕਰ ਲਓ ਨਾ, ਜਿਹੜੇ ਕੱਚੇ ਮੁਲਾਜ਼ਮ ਇਹਨਾਂ ਦੀਆਂ ਤਨਖਾਹਾਂ ਅੱਡ ਰੱਖੋ, ਇਹਨਾਂ ਦੀਆਂ ਤਨਖਾਹਾਂ ਮਹਿਕਮਾ ਦੇਵੇ, ਕਿਉਂਕਿ ਠੇਕੇਦਾਰ ਫਿਰ ਮਨ ਮਰਜ਼ੀਆਂ ਤਨਖਾਹ ਦਿੰਦਾ ਜੀ। ਜੇ ਕੋਈ ਸਾਥੀ ਬੋਲਦਾ ਤੇ ਉਹਨੂੰ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਇੱਥੋਂ ਤੱਕ ਵੀ ਹਟਾ ਵੀ ਦਿੱਤਾ ਜਾਂਦਾ ਕੱਚੇ ਮੁਲਾਜ਼ਮ ਕਈਆਂ। ਅੱਛਾ ਜੀ, ਹਾਂਜੀ ਸਰ, ਇਹ ਵਿਸ਼ਾ ਬੜਾ ਗੰਭੀਰ ਹੈ। ਮੈਂ ਤੇ ਕਹਿੰਦਾ ਖਾਸ ਕਰਕੇ ਜਿਵੇਂ ਸਾਡਾ ਪੰਜਾਬ ਮੰਡੀ ਬੋਰਡ ਦੀ ਮੈਂ ਗੱਲ ਕਰ ਰਿਹਾ, ਸਾਡੇ ਨਾਲ ਜਲ ਟੈਸੀਏਸ਼ਨ ਵਿਭਾਗ ਆ, ਹੋਰ ਕਈ ਵਿਭਾਗ ਨੇ, ਜੰਗਲਾਤ ਵਿਭਾਗ ਆ, ਜਿਹਦੇ ਵਿੱਚ ਪੁਰਾਣੇ ਮੁਲਾਜ਼ਮ ਲੱਗੇ 20-25 ਸਾਲ ਹੋ ਗਏ ਜੀ, ਉਹਦੀਆਂ ਤਨਖਾਹਾਂ ਮਿਲਦੀਆਂ, ਲੰਮੇ ਸਮੇਂ ਤੋਂ ਲੁੱਟ ਹੋ ਰਹੀ, ਪੰਜਾਬ ਸਰਕਾਰ ਦਾ ਬਿਲਕੁਲ ਵੀ ਧਿਆਨ ਨੀ ਹੈਗਾ ਸਾਡੇ ਵੱਲ। ਤੇ ਇਹ ਤੋਂ ਬੜੀ ਦੁੱਖ ਦੀ ਗੱਲ ਆ, ਪੰਜਾਬ ਸਰਕਾਰ ਨੂੰ ਇੰਝ ਨੀ ਕਰਨੀ ਚਾਹੀਦੀ ਬੇਰੁਖੀ ਕਰਨਾ, ਬੇਰੁਖੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਚਾਹੀਦਾ ਵੀ ਕੱਚੇ ਮੁਲਾਜ਼ਮ ਨੇ, ਵੇਖੋ ਗਰੀਬ ਜਨਤਾ ਹੈ, ਦਲਿਤ ਸਮਾਜ ਨਾਲ ਸੰਬੰਧ ਰੱਖਦੇ ਕੋਈ ਵਾਲਮੀਕਿ ਭਾਈਚਾਰੇ ਦੇ ਸਾਡੇ ਸਾਥੀ ਨੇ, ਮਜ਼ਹਬੀ ਸਿੱਖ ਨੇ, ਰਮਦਾਸੀਏ ਨੇ, ਤੇ ਛੋਟੀ ਛੋਟੀਆਂ ਕੈਟਾਗਰੀਆਂ ਇਹ ਵੀ ਕਿਹੜੀਆਂ ਵੱਡੀਆਂ ਪੋਸਟਾਂ ਜੀ, ਹੋਰ ਕਲਾਸ ਚ ਸਾਰੇ ਆਉਂਦੇ ਆ ਜੀ। ਜੀ ਸੋ ਪੰਜਾਬ ਸਰਕਾਰ ਨੂੰ ਇੰਨੇ ਚਾਹੀਦਾ ਉਹਨੂੰ ਪਹਿਲ ਦੇ ਆਧਾਰ ਤੇ, ਜਿਵੇਂ ਉਹਨਾਂ ਨੇ ਆਪਦਾ ਕਿਹਾ ਸੀ ਵੀ ਅਸੀਂ ਠੇਕੇ ਦਾ ਸਿਸਟਮ ਬੰਦ, ਠੇਕੇ ਦਾ ਸਿਸਟਮ ਬੰਦ ਕਰਕੇ ਇਹਨਾਂ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਮਹਿਕਮਾ ਦੇ ਅਧੀਨ ਕੀਤਾ ਜਾਵੇ, ਠੇਕੇਦਾਰ ਨੂੰ ਬਾਹਰ ਕੀਤਾ ਜਾਵੇ, ਕਿਉਂਕਿ ਪਿਛਲੇ ਲੰਮੇ ਸਮੇਂ ਤੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਵੀਡੀਓ ਵਾਇਰਲ ਹੋਣ ਦੀ, ਉਹ ਮੈਂ ਅਕਸਰ ਸਟੇਟਸ ਲਾਉਂਦਾ ਰਹਿੰਦਾ ਜੀ, ਗਰੁੱਪਾਂ 'ਚ ਭੇਜਦਾ ਵੀ ਆ, ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿ ਰਹੇ ਨੇ ਵੀ ਜਿਹੜੇ ਕੱਚੇ ਮੁਲਾਜ਼ਮ ਨੇ 15-15, 16-16 ਸਾਲ ਤੋਂ ਕਈ ਵਿਭਾਗਾਂ 'ਚ ਕੰਮ ਕਰ ਰਹੇ ਨੇ, ਉਹ ਉਹਨਾਂ ਦੀ ਜਿਹੜੀ ਉਮਰ ਆ ਉਹ ਉਮਰ ਜਿਹੜੀ ਆ ਉਹ ਦਰਾਜ ਹੋ ਗਏ ਨੇ, ਲੇਕਿਨ ਉਹਨਾਂ ਸਾਥੀਆਂ ਦਾ ਪੰਜਾਬ ਸਰਕਾਰ ਦੇਊਗੀ ਤਨਖਾਹਾਂ, ਵਿਭਾਗ ਦੇਣਗੇ ਤਨਖਾਹਾਂ, ਕਿਉਂਕਿ ਉਹਨਾਂ ਦਾ ਕਸੂਰ ਨੀ ਜਿਹੜੀ ਉਮਰ ਲੰਘ ਗਈ ਉਹਨਾਂ ਦੀ। ਅਸੀਂ ਜਿਹੜੇ ਵਿਚੋਲੀਏ ਆ, ਜਿਹੜੇ ਠੇਕੇਦਾਰ ਵਿਚੋਲੀਏ ਆ, ਅਸੀਂ ਉਹਨੂੰ ਬਾਹਰ ਕੱਢਾਂਗੇ, ਜਿੱਦਾਂ ਮਹਿਕਮਾ ਤਨਖਾਹ ਦੇਊਗਾ, ਲੇਕਿਨ ਸਾਨੂੰ ਇੰਜ ਕਿਤੇ ਨਾ ਕਿਤੇ ਲੱਗਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਗੱਲ ਬਹੁਤ ਸੋਹਣੀ ਕਰ ਰਹੇ ਨੇ, ਉਹਨਾਂ ਦੇ ਮੰਤਰੀ ਸਾਹਿਬਾਨ ਜਿਹੜੇ ਪਿੱਛੇ ਬੈਠੇ ਉਹ ਤਾੜੀਆਂ ਵੀ ਮਾਰ ਰਹੇ ਵੀ ਬਹੁਤ ਵਧੀਆ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਬੋਲ ਰਹੇ ਨੇ, ਲੇਕਿਨ ਉਹ ਸਿਰਫ ਬੋਲ ਰਹੇ ਨੇ, ਉਹਨੂੰ ਗਰਾਊਂਡ ਲੈਵਲ ਤੇ ਲਾਗੂ ਨੀ ਕੀਤਾ ਜਾ ਰਿਹਾ ਜੀ। ਸੋ ਜਿਹੜੇ ਕਰਕੇ ਕੱਚੇ ਮੁਲਾਜ਼ਮਾਂ ਦੇ ਵਿੱਚ ਹੋਰ ਵਰਗਾਂ ਦੇ ਵਿੱਚ ਬਹੁਤ ਰੋਸ ਆ, ਸੋ ਆਹ ਜਿਹੜੇ ਆ ਰਹੇ ਇਲੈਕਸ਼ਨ ਜੀ, ਇਹਨਾਂ 'ਚ ਪਤਾ ਲੱਗ ਜੂ ਵੀ ਕੱਚੇ ਮੁਲਾਜ਼ਮਾਂ 'ਚ ਵਾਕਈ ਰੋਸ ਆ, ਇਹਨਾਂ ਨੂੰ ਲੱਗ ਰਿਹਾ ਵੀ ਸ਼ਾਇਦ 13-13 ਸੀਟਾਂ ਸਾਡੀਆਂ ਹੈਗੀਆਂ ਨੇ, ਲੇਕਿਨ ਇੰਝ ਹੋਣਾ ਨੀ ਜੀ। ਓਵਰਆਲ ਜਿਸ ਤਰ੍ਹਾਂ ਹਾਲਾਤ ਚੇਂਜ ਹੋਏ ਨੇ ਸੋਦਾ ਸਾਹਿਬ, ਦਿੱਲੀ ਦੇ ਵਿੱਚ ਇਹਨਾਂ ਦਾ ਸੁਪਰੀਮੋ ਗ੍ਰਿਫਤਾਰ ਹੋਇਆ, ਆਮ ਮੁਲਾਜ਼ਮ ਜਾਂ ਤੁਸੀਂ ਲੋਕ ਫਿਰ ਕੀ ਮਹਿਸੂਸ ਕਰਦੇ ਹੋ? ਜੀ ਸਾਡੀ ਤਾਂ ਸੁਰੱਖਿਅਤ ਹੈ ਹੀ ਨੀ ਜੀ, ਅਸੀਂ ਕਿੱਥੇ ਆਈ ਤੇ ਉਹ ਪਹਿਲਾਂ ਤੁਹਾਨੂੰ ਬੇਨਤੀ ਕਰਕੇ ਦਿਆਂ ਜੀ ਮੈਂ, ਕਿਉਂਕਿ ਇਹ ਤੇ ਸ਼ਰੇਆਮ ਧੱਕਾ ਹੋ ਰਿਹਾ ਹੈ ਜੀ। ਦੇਖੋ ਮੈਂ ਹੁਣ ਤੁਹਾਨੂੰ ਦੱਸਦਾ ਸਰ, ਮੈਂ ਆਂਗਨਵਾੜੀ ਆਸ਼ਾ ਵਰਕਰ, ਹੋਰ ਕਈ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਸਾਡਾ ਜਥੇਬੰਦੀਆਂ ਕੰਮ ਕਰਦੀਆਂ, ਅਸੀਂ ਵੱਖ ਵੱਖ ਪ੍ਰੋਗਰਾਮਾਂ ਤੇ ਜਾਂਦੇ ਆਉਂਦੇ ਰਹਿੰਦੇ ਜੀ। ਸੋ ਕਹਿਣ ਦਾ ਭਾਵ ਹੈ ਵੀ ਹਰ ਇੱਕ ਵਰਗ ਦੁਖੀ ਹੈ ਜੀ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਕਹਿੰਦੇ ਵੀ ਅਸੀਂ ਜਿਹੜੇ ਆ ਭਰਤੀ ਬਹੁਤ ਕਰੀ ਜਾਂਦੇ ਆ, ਬੜੇ ਬੜੇ ਬੋਰ ਲੱਗੇ ਪਏ ਜੀ, ਪਹਿਲਾਂ ਅਕਾਲੀਆਂ ਨੇ ਲਾ ਛੱਡੇ ਜੀ, ਮੁੜੇ ਕਾਂਗਰਸ ਨੇ ਲਾਏ, ਚੰਨੀ ਸਾਹਿਬ ਨੇ ਲਾਏ, 36,000 ਪੱਕੇ ਮੁਲਾਜ਼ਮ ਕਰਤੇ, ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਵਾਰੀ ਆ, ਇਹ ਬੜੇ ਬੜੇ ਇਹ ਪੋਸਟ ਲਾਈ ਜਾਂਦੇ ਜੀ, ਪਹਿਲਾਂ ਉਹਨਾਂ ਦੇ ਟਿੱਪਣੀ ਕਰਦੇ ਵੀ ਉਹ ਪੋਸਟ ਬੜੇ ਲਾਉਂਦੇ ਆ, ਹੁਣ ਇਹ ਆਪਦੇ ਲਾਈ ਜਾਂਦੇ ਜੀ, ਮੈਂ ਰਾਸ਼ਨ ਫ੍ਰੀ ਕਰਤਾ, ਮੈਂ ਬਿਜਲੀ ਫ੍ਰੀ ਕਰਤੀ, ਮੈਂ ਐਂ ਕਰਤਾ, ਅਸੀਂ ਇਹਨਾਂ ਨੂੰ ਕਹੀ
ਜਿਹੜੀ ਇਹੋ ਕਹਿੰਦੇ ਜੀ, ਹਰ ਵਾਰੀ ਬੋਲਦੇ ਇਹੋ ਕਹਿੰਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੰਨਦੇ ਤੁਸੀਂ ਬਹੁਤ ਕੁਛ ਕਰਦੇ ਜੇ, ਪਰ ਤੁਸੀਂ ਸਭ ਤੋਂ ਪਹਿਲਾਂ ਰੁਜ਼ਗਾਰ ਨੂੰ ਜਿਹੜਾ ਮਹੱਤਵ ਦਿਓ, ਰੁਜ਼ਗਾਰ ਰੁਜ਼ਗਾਰ ਮਿਲੂਗਾ ਅਸੀਂ ਆਪੇ ਆਪਦਾ ਆਟਾ ਦਾਲਾ ਵੀ ਲੈ ਆਵਾਂਗੇ, ਆਪਦੇ ਬਿੱਲ ਵੀ ਆਪੇ ਭਰ ਲਾਂਗੇ। ਘੱਟੋ ਘੱਟ ਜਿਹੜੀਆਂ ਜਥੇਬੰਦੀਆਂ ਵੱਲੋਂ ਅਸੀਂ ਜਿਹੜੀ ਮੰਗ ਰੱਖੀ ਜੀ 26,000 ਰੁਪਇਆ ਕੱਚੇ ਮੁਲਾਜ਼ਮ ਦੀ, ਹਰ ਇੱਕ ਕੱਚੇ ਮੁਲਾਜ਼ਮ 26,000 ਰੁਪਇਆ ਤਨਖਾਹ ਹੋਣੀ ਚਾਹੀਦੀ ਆ ਜਿਹੜਾ ਮਿਨੀਮਮ ਵੇਜ ਆ। ਫਿਰ ਜਾ ਕੇ ਜਿੰਨੀ ਮਹਿੰਗਾਈ ਨੇ ਲੱਖ ਲੋਕਾਂ ਦਾ ਤੋੜਿਆ ਵਾ, ਫਿਰ ਜਾ ਕੇ ਕਿਸੇ ਲੋਕਾਂ ਦਾ ਜਿਹੜਾ ਮਾੜਾ ਮੋੜਾ ਸਾਹ ਸੌਖਾ ਹੁੰਦਾ ਜੀ। ਸੋ ਇਸ ਤਰ੍ਹਾਂ ਵਿਸ਼ੇ ਬੜੇ ਸਾਡੇ ਗੰਭੀਰ ਆ ਜੀ। ਅਸੀਂ ਕਹਿੰਦੇ ਵੀ ਪੰਜਾਬ ਸਰਕਾਰ ਨੂੰ ਇੰਜ ਮਨੁੱਕਰ ਨਹੀਂ ਹੋਣਾ ਚਾਹੀਦਾ, ਜੇ ਵਾਅਦੇ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਵਾਅਦਿਆਂ ਦੇ ਪੂਰਾ ਉਤਰਨਾ। ਜੀ ਸੋ ਆਪਣਾ ਨੰਬਰ ਤੁਸੀਂ ਬੋਲਦੇ ਹੋ ਜੀ, ਆਪਣਾ ਨੰਬਰ ਸੰਪਰਕ ਆਪਣਾ ਬੋਲ ਦਿਓ। ਮੈਂ ਬਲਕਾਰ ਸਿੰਘ ਫਰੀਦਕੋਟ ਤੋਂ ਜੀ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਿਆ ਸੂਬਾ ਪ੍ਰਧਾਨ ਹੈ ਜਾਂ ਠੇਕਾ ਮੁਲਾਜ਼ਮ ਯੂਨੀਅਨ ਸੂਬਾ ਪ੍ਰਧਾਨ ਹੈ ਜੀ ਦੋ ਹੋਰ ਦਾ ਜਨਰਲ ਸਕੱਤਰ ਹੈ ਜਿਹੜਾ ਫਰੀਦਕੋਟ ਤੋਂ ਜੀ ਜੀ ਮੇਰਾ ਨੰਬਰ ਹੈਗਾ ਜੀ 99 ਵਿ
ਟੋਹਣਾ ਸਾਹਿਬ ਦੇ ਚੈਨਲ ਦੇ ਮਾਧੋ ਰਾਹੀਂ ਮੈਂ ਆਪ ਸਭ ਨੂੰ ਬੇਨਤੀ ਕਰਦਾ ਵੀ ਜਿਹੜੀ ਸਾਡੀ ਆਵਾਜ਼ ਆ ਇਹ ਪੰਜਾਬ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਈ ਜਾਵੇ, ਤਾਂ ਜਿਹੜਾ ਇਹ ਸ਼ੋਸ਼ਣ ਹੋ ਰਿਹਾ ਕੱਚੇ ਮੁਲਾਜ਼ਮਾਂ ਦਾ ਮੰਡੀ ਬੋਰਡ ਦੇ ਵਿੱਚ ਖਾਸ ਕਰਕੇ ਜ਼ਿਆਦਾਤਰ, ਇਹਨਾਂ ਦਾ ਕੋਈ ਸ਼ੋਸ਼ਣ ਰੋਕਿਆ ਜਾਵੇ, ਇਹਨਾਂ ਨੂੰ ਮਹਿਕਮੇ ਅਧੀਨ ਕੀਤਾ ਜਾਵੇ ਜਿਹੜੇ 15-15, 20-20 ਸਾਲ ਇਹਨਾਂ ਨੇ ਕੰਮ ਕੀਤਾ ਆਪਦੀਆਂ ਜੀ ਸੇਵਾਵਾਂ ਨਿਭਾਈਆਂ ਇਮਾਨਦਾਰੀ ਨਾਲ, ਜੋ ਕੰਮ ਭਰਿਆ ਕੰਮ ਕਰਦੇ ਆ, ਬਿਜਲੀ ਵਾਲੇ ਕੰਮ ਜਿਵੇਂ ਪਹਿਲਾਂ ਸੀਵਰਮੈਨ ਨੇ, ਮਾਲੀ ਕੰਮ, ਚੌਂਕੀਦਾਰ ਨੇ, ਪੰਪਰੇਟਰ ਨੇ ਜੀ, ਤੋ ਇਹਨਾਂ ਨੂੰ ਮਹਿਕਮੇ ਦੇ ਅਧੀਨ ਕੀਤਾ ਜਾਵੇ, ਜਿਹੜਾ ਇਹਨਾਂ ਦਾ 25-25 ਸਾਲ ਦਾ ਬੈਨੀਫਿਟ ਆ ਉਹ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਜੀ। ਜੇ ਅੱਜ ਸਾਨੂੰ ਇੰਝ ਵੀ ਲੱਗਦਾ ਜੇ ਸਰਕਾਰ ਨੇ ਕਿਤੇ ਪੱਕੀ ਭਰਤੀ ਕਰਤੀ, ਕਹਿ ਦਿੰਦੇ ਅਸੀਂ ਪੱਕੀ ਭਰਤੀ ਕਰਾਂਗੇ, ਤੇ ਇਹਨਾਂ ਦੇ ਚੁੱਲ੍ਹੇ ਠੰਡੇ ਹੋ ਜਾਣੇ, ਜਿਹੜੇ ਵਿਚਾਰੇ 250 ਬੰਦਾ ਸਾਨੂੰ ਪ੍ਰੈਫਰ ਦਾ ਜੀ ਗਰੀਬ ਆਦਮੀ, ਇਹ ਕਿੱਧਰ ਜਾਣਗੇ? ਪਰ ਵੇਖੋ ਜੀ ਫਿਰ ਸਾਡੇ ਕੋਈ ਰਾਹ ਜਾਣਾ, ਸੰਘਰਸ਼ ਦਾ ਰਾਹ ਹੁੰਦਾ ਵਾ, ਇੱਕੋ ਇੱਕੋ ਠੀਕ ਰਾਹ ਇੱਕ ਇਹਦੇ ਸੰਘਰਸ਼ ਦਾ, ਤੇ ਸੰਘਰਸ਼ ਕਰਾਂਗੇ, ਸੰਘਰਸ਼ ਨੂੰ ਤੇਜ਼ ਕਰਾਂਗੇ, ਜੇ ਹੋ ਸਕਿਆ ਤੇ ਫਿਰ ਮੰਡੀਆਂ ਦੇ ਵਿੱਚ ਸਾਡੇ ਸਾਥੀ ਪੰਜਾਬ 'ਚ ਬੈਠੇ ਆ ਜੀ, ਸਾਰੀਆਂ ਮੰਡੀਆਂ ਵੀ ਇਹਨਾਂ ਨੂੰ ਬੰਦ ਕਰਾਂਗੇ, ਜਾਂ ਜਿੱਥੋਂ ਤੱਕ ਸੰਘਰਸ਼ ਲੋੜ ਪਈ ਜੀ, ਕਿਉਂਕਿ ਭਰਾਤਰੀ ਜਥੇਬੰਦੀਆਂ ਦਾ ਬੜਾ ਵੱਡਾ ਸਹਿਯੋਗ ਹੈ ਸਾਨੂੰ ਜੀ, ਉਹਨਾਂ ਦਾ ਸਹਿਯੋਗ ਲੈ ਕੇ ਭਰਾਤਰੀ ਜਥੇਬੰਦੀਆਂ ਸਹਿਯੋਗ ਨਾਲ ਅਸੀਂ ਸਾਰਾ ਕੁਛ ਬੰਦ ਕਰਾਂਗੇ ਜੀ, ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਜਵਾਬ ਦੇ ਪੰਜਾਬ ਸਰਕਾਰ ਹੀ ਹੈ ਜੀ। ਵੇਖੋ ਅਸੀਂ ਤੇ ਮਾਫ਼ੀ ਚਾਹਵਾਂਗੇ, ਪਰ ਸਾਡੇ ਕੋਲ ਹੋਰ ਰਾਹ ਹੀ ਕੋਈ ਨਹੀਂ, ਕਿਉਂਕਿ ਸਾਡੇ ਪਰਿਵਾਰਾਂ ਦਾ ਭਵਿੱਖ ਜਿਹੜਾ ਧੁੰਦਲਾ ਵਾ, 2-3 ਸਾਥੀ ਸਾਡੇ ਮਰ ਗਏ, ਉਹਨਾਂ ਨੂੰ ਬੈਨੀਫਿਟ ਨਹੀਂ ਕੋਈ ਮਿਲਿਆ, ਤਾਂ ਆਉਣ ਵਾਲੇ ਸਾਥੀਆਂ ਸਾਡਾ ਵੀ ਪਤਾ ਨਹੀਂ ਕੀ ਹਾਲ ਹੋਣਾ ਵਾ, ਤੇ ਤੁਸੀਂ ਦੱਸੋ ਵੀ ਸਾਡਾ ਬਣੂਗਾ ਕੀ ਜੀ। ਤੇ ਸਾਡੇ ਕੋਲ ਤੇ ਸਾਡੇ ਸੰਵਿਧਾਨ ਕਹਿੰਦਾ ਵੀ ਤੁਹਾਡੇ ਕੋਲ ਇੱਕ ਇਹਦੇ ਏਕਾ ਕਰੋ ਤੇ ਸੰਘਰਸ਼ ਕਰੋ, ਠੀਕ ਨੀ ਜੀ? ਅਸੀਂ ਤੇ ਸੰਘਰਸ਼ ਕਰਾਂਗੇ ਜੀ ਸਰ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਬਲਕਾਰ ਸਿੰਘ ਸੋਤਾ ਸਾਹਿਬ, ਥੈਂਕ ਯੂ। ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋਤਾ ਸਾਹਿਬ, ਥੈਂਕ ਯੂ। ਸੋ ਦੋਸਤੋ, ਇਹ ਸਨ ਸਾਹਿਬ ਬਲਕਾਰ ਸਿੰਘ ਸੋਤਾ ਸਾਹਿਬ। ਹਾਂ, ਠੇਕਾ ਮੁਲਾਜ਼ਮ ਯੂਨੀਅਨ ਕਿਸ ਤਰ੍ਹਾਂ ਦੇ ਹਾਲਾਤ ਨੇ, ਬਹੁਤ ਮੁਸ਼ਕਲ ਹੋ ਰਿਹਾ ਸਿਲਸਿਲਾ ਜੋ ਮੁਲਕ ਦਾ ਚੱਲੀ ਜਾ ਰਿਹਾ, ਬੇਰੁਜ਼ਗਾਰੀ ਦਾ ਆਲਮ ਹੈ ਅਤੇ ਸੌਰ ਦਾ ਕੁਛ ਨਹੀਂ, ਅਤੇ ਬੰਦਾ ਜਾਵੇ ਅਤੇ ਜਾਵੇ ਕਿਸ ਪਾਸੇ, ਕਹਾਣੀ ਬਣਦੀ ਕੋਈ ਨਹੀਂ। ਸੋ ਜਿਸ ਤਰ੍ਹਾਂ ਦੀਆਂ ਸਥਿਤੀਆਂ ਨੇ, ਸੋ ਠੇਕਾ ਮੁਲਾਜ਼ਮ ਯੂਨੀਅਨ ਤੋਂ ਗੱਲਬਾਤ ਕਰ ਰਹੇ ਸਨ ਬਾਈ ਜੀ ਬਲਕਾਰ ਸਿੰਘ ਸੋਤਾ ਸਾਹਿਬ, ਅਤੇ